ਵੋਟ ਪਾਇਆ ਜੀ ਆਪਣੇ ਕੈਂਡੀਡੇਟ ਨੂੰ ਪੰਥ ਦੇ ਨੂੰ, ਤੇ ਬਾਲਟੀ ਤੇ ਨਿਸ਼ਾਨ ਲਾਇਆ, ਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਐਤਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਸੀਟਾਂ ਦੇ ਉੱਤੇ ਜੇਤੂ ਨਿਕਲੂਗੀ, ਜੋ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ, ਚੰਡੀਗੜ੍ਹ ਦੇ ਵਿੱਚ ਵੀ, ਤੇ ਹਰਿਆਣੇ ਦੀਆਂ 2 ਸੀਟਾਂ ਕੁਰੂਕਸ਼ੇਤਰ ਤੇ ਕਰਨਾਲ ਵੀ। ਸੋ ਬੜੇ ਤਕੜੇ ਹੋ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਿਹਾ ਹੈ। ਕਈ ਕਹਿੰਦੇ ਆ ਕਿ ਸਾਡੀ ਪਾਰਟੀ ਨੇ ਗੈਂਗਸਟਰਸ ਨੂੰ ਟਿਕਟਾਂ ਦਿੱਤੀਆਂ, ਕਿਸੇ ਨੂੰ ਦਿੱਤੀਆਂ। ਮੇਰਾ ਜਵਾਬ ਇਹੀ ਹੈ ਕਿ ਜੇ ਮੈਂ ਟਿਕਟਾਂ ਕਿਸੇ ਨੂੰ ਦਿੱਤੀਆਂ, ਉਹਨਾਂ ਨੂੰ ਮੈਂ ਪਾਰਲੀਮੈਂਟਰੀ ਜਮਹੂਰੀਅਤ ਦੇ ਵਿੱਚ ਲੈ ਕੇ ਆਇਆ, ਜਿਹੜੇ ਹੁਣ ਤੋਂ ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਾਉਣਗੇ। ਤੋ ਕੋਈ ਕਿਸਮ ਦੀ ਆਪਣਾ ਜਿਸਮੀ ਜ਼ੋਰ ਨਾਲ ਨਹੀਂ ਕਰਾਇਆ ਕਰਨਗੇ, ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰਨਗੇ। ਸੰਗਰੂਰ ਤਾਂ ਆਪਾਂ ਨੇ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟਸ ਦੇ ਤੇ, ਸਾਰੀਆਂ ਵਰਗਾਂ ਨੂੰ ਇਹ ਗਊਸ਼ਾਲਾ ਨੂੰ ਗ੍ਰਾਂਟ ਦੇ ਤੇ, ਮੁਸਲਮਾਨਾਂ ਦੀ 4 ਦੀਵਾਰੀਆਂ ਬਣਵਾਤੀਆਂ ਕਬਰਸਤਾਨਾਂ ਤੇ, ਜਿਹੜੇ ਰਿਲੇਟਿਡ ਸਿੱਖ ਸੀ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸੀ ਉਹ ਠੀਕ ਕਰਾਤੀਆਂ, ਨਵੀਆਂ ਬਣਾਤੀਆਂ। ਪਰ ਅਜੇ ਤੱਕ ਜਿਹੜੀ ਗਰੀਬੀ ਹੈ ਇਹ ਬਹੁਤ ਖਤਰਨਾਕ ਹੈ। ਇੰਦਰਾ ਗਾਂਧੀ ਨੇ ਨਾਅਰਾ ਦਿੱਤਾ ਸੀਗਾ ਇਹ ਰੋਟੀ ਕੱਪੜਾ ਮਕਾਨ, ਪਰ ਗਰੀਬਾਂ ਦੇ ਕੋਲ ਨਾ ਰੋਟੀ ਹੈ, ਨਾ ਕੱਪੜਾ, ਨਾ ਮਕਾਨ ਹੈ। ਦੇਖ ਲਓ ਜਾ ਕੇ ਪਿੰਡਾਂ ਦੇ ਵਿੱਚ ਬੀਬੀਆਂ ਦੇ ਕੱਪੜੇ ਫਟੇ ਹੋਏ ਹੈ, ਉਹਨਾਂ ਦੇ ਬੱਚਿਆਂ ਨੂੰ ਠੀਕ ਖੁਰਾਕ ਨਹੀਂ ਮਿਲ ਰਹੀ, ਉਹਨਾਂ ਦੀਆਂ ਲੱਤਾਂ ਸੁੱਕੀਆਂ ਪਈਆਂ, ਬਾਹਾਂ ਸੁੱਕੀਆਂ ਪਈਆਂ, ਉਹ ਸਕੂਲ ਚੰਗੀ ਤਰ੍ਹਾਂ ਨਹੀਂ ਜਾ ਸਕਦੇ, ਕਿਉਂ ਕਰਕੇ ਉਹਨਾਂ ਦੀ ਖੁਰਾਕ ਹੀ ਹੈ ਨਹੀਂ ਗਈ, ਅਤੇ ਛੱਤਾਂ ਚੋਰੀਆਂ, ਕੰਧਾਂ ਡਿੱਗ ਰਹੀਆਂ, ਅਤੇ ਦਿਹਾੜੀ ਵੀ ਪੂਰੀ ਨਹੀਂ ਮਿਲਦੀ, ਕਿਸੇ ਵੇਲੇ ਦਿਹਾੜੀ 'ਤੇ ਨਹੀਂ ਜਾਂਦੇ, ਕਿਉਂ ਕਰਕੇ ਦਿਹਾੜੀ ਹੁੰਦੀ ਨਹੀਂ। ਅਤੇ ਮੋਦੀ ਨੇ ਕਿਹਾ ਸੀ ਘਰ ਘਰ ਮੈਂ ਨੌਕਰੀਆਂ ਦਊਂਗਾ, ਇਹੋ ਜਿਹੀ ਗੱਲ ਸਾਬਤ ਨਹੀਂ ਕੀਤੀ ਮੋਦੀ ਸਾਹਿਬ ਨੇ। ਅਤੇ ਆਮ ਪਾਰਟੀ ਨੇ ਕਿਹਾ ਸੀ ਘਰ ਘਰ ਬੀਬੀਆਂ ਨੂੰ 1000 ਰੁਪਇਆ ਚੜ੍ਹਦੇ ਮਹੀਨੇ ਉਹਨਾਂ ਦੇ ਬੈਂਕ ਦੇ ਵਿੱਚ ਆ ਜਾਇਆ ਕਰੂਗਾ, ਉਹ ਵੀ ਨਹੀਂ ਕੀਤਾ। ਸੋ ਇਹ ਲੀਡਰਾਂ ਨੇ ਝੂਠ ਮਾਰ ਕੇ ਵੋਟਾਂ ਬਣਾ ਕੇ ਸਰਕਾਰਾਂ ਬਣਾਈਆਂ, ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈਗੀਆਂ, ਅਤੇ ਇਹਨਾਂ ਦਾ ਹੁਣ ਖਾਤਮਾ ਕਰ ਦੇਣਾ ਚਾਹੀਦਾ। ਵੋਟ ਪਾਇਆ ਜੀ ਆਪਣੇ ਕੈਂਡੀਡੇਟ ਨੂੰ ਪੰਥ ਦੇ ਨੂੰ, ਅਤੇ ਬਾਲਟੀ 'ਤੇ ਨਿਸ਼ਾਨ ਲਾਇਆ, ਅਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਐਤਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਹੁਤ ਸੀਟਾਂ ਦੇ ਉੱਤੇ ਜੇਤੂ ਨਿਕਲੂਗੀ, ਕਿਉਂ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ, ਚੰਡੀਗੜ੍ਹ ਦੇ ਵਿੱਚ ਵੀ, ਅਤੇ ਹਰਿਆਣੇ ਦੀਆਂ 2 ਸੀਟਾਂ ਕੁਰੂਕਸ਼ੇਤਰ ਅਤੇ ਕਰਨਾਲ ਵੀ। ਸੋ ਬੜੇ ਤਕੜੇ ਹੋ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਿਹਾ ਹੈ। ਕਈ ਕਹਿੰਦੇ ਆ ਕਿ ਸਾਡੀ ਪਾਰਟੀ ਨੇ ਗੈਂਗਸਟਰਸ ਨੂੰ ਟਿਕਟਾਂ ਦਿੱਤੀਆਂ, ਕਿਸੇ ਨੂੰ ਦਿੱਤੀਆਂ। ਮੇਰਾ ਜਵਾਬ ਇਹੀ ਹੈ ਕਿ ਜੇ ਮੈਂ ਟਿਕਟਾਂ ਕਿਸੇ ਨੂੰ ਦਿੱਤੀਆਂ, ਉਹਨਾਂ ਨੂੰ ਮੈਂ ਪਾਰਲੀਮੈਂਟਰੀ ਜਮਹੂਰੀਅਤ ਦੇ ਵਿੱਚ ਲੈ ਕੇ ਆਇਆ, ਜਿਹੜੇ ਹੁਣ ਤੋਂ ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਾਉਣਗੇ। ਤੋ ਕੋਈ ਕਿਸਮ ਦੀ
ਆਪਣਾ ਜਿਸਮੀ ਜ਼ੋਰ ਨਾਲ ਨਹੀਂ ਕਰਾਇਆ ਕਰਨਗੇ, ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰਨਗੇ। ਸੰਗਰੂਰ ਤਾਂ ਆਪਾਂ ਨੇ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟਸ ਦੇ ਤੇ, ਸਾਰੀਆਂ ਵਰਗਾਂ ਨੂੰ ਇਹ ਗਊਸ਼ਾਲਾ ਨੂੰ ਗ੍ਰਾਂਟ ਦੇ ਤੇ, ਮੁਸਲਮਾਨਾਂ ਦੀ ਚਾਰ ਦੀਵਾਰੀਆਂ ਬਣਵਾਤੀਆਂ ਕਬਰਸਤਾਨਾਂ ਅਤੇ ਜਿਹੜੇ ਰਿਲੇਟਿਡ ਸਿੱਖ ਸੀ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸੀ ਉਹ ਠੀਕ ਕਰਾਤੀਆਂ, ਨਵੀਆਂ ਬਣਾਤੀਆਂ। ਪਰ ਅਜੇ ਤੱਕ ਜਿਹੜੀ ਗਰੀਬੀ ਹੈ ਇਹ ਬਹੁਤ ਖਤਰਨਾਕ ਹੈ। ਇੰਦਰਾ ਗਾਂਧੀ ਨੇ ਨਾਰਾ ਦਿੱਤਾ ਸੀਗਾ ਇਹ ਰੋਟੀ ਕੱਪੜਾ ਮਕਾਨ, ਪਰ ਗਰੀਬਾਂ ਦੇ ਕੋਲ ਨਾ ਰੋਟੀ ਹੈ, ਨਾ ਕੱਪੜਾ ਹੈ, ਨਾ ਮਕਾਨ ਹੈ। ਦੇਖ ਲਓ ਜਾ ਕੇ ਪਿੰਡਾਂ ਦੇ ਵਿੱਚ ਬੀਬੀਆਂ ਦੇ ਕੱਪੜੇ ਫਟੇ ਹੋਏ ਹੈ, ਉਹਨਾਂ ਦੇ ਬੱਚਿਆਂ ਨੂੰ ਠੀਕ ਖੁਰਾਕ ਨਹੀਂ ਮਿਲ ਰਹੀ, ਉਹਨਾਂ ਦੀਆਂ ਲੱਤਾਂ ਸੁੱਕੀਆਂ ਪਈਆਂ, ਬਾਹਾਂ ਸੁੱਕੀਆਂ ਪਈਆਂ, ਉਹ ਸਕੂਲ ਚੰਗੀ ਤਰ੍ਹਾਂ ਨਹੀਂ ਜਾ ਸਕਦੇ, ਕਿਉਂ ਕਰਕੇ ਉਹਨਾਂ ਦੀ ਖੁਰਾਕ ਹੀ ਹੈ ਨਹੀਂ ਗਈ, ਅਤੇ ਛੱਤਾਂ ਚੋਰੀਆਂ, ਕੰਧਾਂ ਡਿੱਗ ਰਹੀਆਂ, ਅਤੇ ਦਿਹਾੜੀ ਵੀ ਪੂਰੀ ਨਹੀਂ ਮਿਲਦੀ, ਕਿਸੇ ਵੇਲੇ ਦਿਹਾੜੀ 'ਤੇ ਨਹੀਂ ਜਾਂਦੇ, ਕਿਉਂ ਕਰਕੇ ਦਿਹਾੜੀ ਹੁੰਦੀ ਨਹੀਂ। ਅਤੇ ਮੋਦੀ ਨੇ ਕਿਹਾ ਸੀ ਘਰ ਘਰ ਮੈਂ ਨੌਕਰੀਆਂ ਦਊਂਗਾ, ਇਹੋ ਜਿਹੀ ਗੱਲ ਸਾਬਤ ਨਹੀਂ ਕੀਤੀ ਮੋਦੀ ਸਾਹਿਬ ਨੇ। ਅਤੇ ਆਮ ਪਾਰਟੀ ਨੇ ਕਿਹਾ ਸੀ ਘਰ ਘਰ ਬੀਬੀਆਂ ਨੂੰ 1000 ਰੁਪਇਆ ਚੜ੍ਹਦੇ ਮਹੀਨੇ ਉਹਨਾਂ ਦੇ ਬੈਂਕ ਦੇ ਵਿੱਚ ਆ ਜਾਇਆ ਕਰੂਗਾ, ਉਹ ਵੀ ਨਹੀਂ ਕੀਤਾ। ਸੋ ਇਹ ਲੀਡਰਾਂ ਨੇ ਝੂਠ ਮਾਰ ਕੇ ਵੋਟਾਂ ਬਣਾ ਕੇ ਸਰਕਾਰਾਂ ਬਣਾਈਆਂ, ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈਗੀਆਂ, ਅਤੇ ਇਹਨਾਂ ਦਾ ਹੁਣ ਖਾਤਮਾ ਕਰ ਦੇਣਾ ਚਾਹੀਦਾ।